ਅੱਜ ਮੇਰੇ ਨਾਲ ਜੱਗੋ ਤੇਰਵੀਂ ਹੋ ਗਈ। ਮੈਂ ਤੁਹਾਨੂੰ ਦੱਸਦਾ ਬਾਈ ਲੈ ਆਹ ਦੇਖੋ, ਸਿਆਲਾਂ 'ਚ ਉਰੇ ਪਾਣੀ ਹੁੰਦਾ, ਗਰਮੀ 'ਚ ਤਾਂ ਮੈਂ ਨਹਾਉਣਾ ਹੀ ਪੈਂਦਾ ਯਾਰ, ਪਾਣੀ ਨਹੀਂ ਛੱਡਦੇ। ਬਾਹਰੇ ਮੈਂ ਮੱਝਾਂ ਲੈ ਆ ਅਤੇ ਭੈਣ ਚੋਦੀ ਮੈਂ ਮੱਝਾਂ ਨਵਾਉਣੀਆਂ ਸੀ, ਨਾਲੇ ਮੈਂ ਸਾਬਣ ਸੁਬਣ ਲਿਆ, ਚੱਲ ਮੱਝਾਂ ਨੂੰ ਮੈਂ ਹੱਥ ਸਮਾਰ ਕੇ ਨਵਾਵਾਂਗੇ। ਬਾਈ ਫੁੱਦੂ ਕੰਮ ਕਰਤਾ ਬਾਈ, ਹੁਣ ਮੈਂ ਜਾ ਕੇ ਇਹਨਾਂ ਨੂੰ ਕਹਿਣਾ ਵੀ ਇਹ 'ਚ ਪਾਣੀ ਛੱਡੋ, ਸਾਰੇ ਸਟੂਡੈਂਟ ਨਹਾਉਣਾ, ਨਾਲੇ ਪਿੱਤ ਪੁੱਤ ਮਰ ਜੇ ਯਾਰ। ਆ ਲੈ ਬਾਬੇ ਆ ਵੀ ਕੁੱਤਾ ਨਾਰਾਜ਼ ਹੋ ਕੇ ਬਹਿ ਗਿਆ, ਲੈ ਕਹਿੰਦਾ ਮੈਂ ਨਹਾਉਣਾ। ਲੈ ਇਹ ਵੀ ਹੁਣ ਲੜ ਕੇ ਆਇਆ ਯੂਨੀਵਰਸਿਟੀਆਂ ਨਾਲ, ਇਹ ਫੁੱਦੂ ਕੰਮ ਵਾਲਾ। ਅਸੀਂ ਪੰਜਾਬ ਗੌਰਮੈਂਟ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਠੀਕ ਹੈ, ਇਹਦੇ 'ਚ ਸਾਲਾਂ 'ਚ ਤਾਂ ਬਹੁਤ ਪਾਣੀ ਛੱਡੀ ਰੱਖਣਗੇ, ਫੁਹਾਰੇ ਚਲਾਉਣਗੇ ਵੱਡੇ ਵੱਡੇ ਉੱਚੇ ਉੱਚੇ, ਸਟੂਡੈਂਟਾਂ ਨੂੰ ਠੰਡ ਚੜ੍ਹ ਜਾਂਦੀ ਹੈ ਉਦੋਂ ਤਾਂ, ਹੁਣ ਇਹ 'ਚ ਕੋਈ ਪਾਣੀ ਨਹੀਂ ਛੱਡਦਾ। ਠੀਕ ਹੈ, ਇੱਥੇ ਅਸੀਂ ਨਹਾਉਣਾ ਸੀ, ਹੁਣ ਬਾਕੀ ਸਾਰੇ ਸਟੂਡੈਂਟ ਵੀ ਵੇਟ ਕਰਦੇ ਨੇ, ਦੇਖੋ ਕੁੜੀ ਨੰਗੀ ਜਾਂਦੀ ਨੇ, ਇਹਨਾਂ ਨੇ ਵੀ ਨਹਾਉਣਾ ਸੀ ਵਿਚਾਰੀਆਂ ਨੇ। ਇੱਧਰ ਦੇਖੋ ਆ ਵੀ ਬੈਠੇ ਨੇ ਸੀਰੀ ਪਾਲੀ, ਇਹਨਾਂ ਨੇ ਵੀ ਨਹਾਉਣਾ ਸੀ ਸਾਰਿਆਂ ਨੇ। ਹੋਰ ਯਾਰ ਮੈਂ ਚੋਦੀਆਂ ਬਾਰੇ ਮੱਝਾਂ ਲਈ ਖੜਾ, ਮੈਂ ਮੱਝਾਂ ਨਵਾਉਣ ਬਣੇ ਖੜਾ, ਮੈਂ ਇੰਨੇ ਰੁਪਏ ਲਾ ਤੇ ਸਾਬਣਾ ਸੁਬਣਾ, ਮੈਂ ਚੱਲ ਮੱਝਾਂ ਨਵਾਵਾਂਗੇ ਤੇ ਭੈਣ ਜੀ ਸਾਲੇ ਮੇਰਾ ਭੈਣ ਜੀ ਮੱਝਾਂ ਉੱਥੇ ਨਾ ਨਵਾ ਲੈਂਦਾ, ਮੈਂ ਇੱਥੇ ਕੋਲ ਲਿਆਉਂਦਾ ਫਿਰ ਨਹੀਂ ਸੂਏ ਵਾਲਾ ਪਾਣੀ 'ਚ ਵੱਢਣਾ ਬਾਰੀ। ਹਾਂ ਫਿਰ ਉਹ ਮੈਂ ਕਰ ਦਿੰਦਾ ਉਹਨੂੰ ਫੋਨ, ਮੈਂ ਬਾਰੀ ਦਾ ਪਤਾ ਕਰ, ਪਰਚੀ ਕਢਾ ਕੇ ਲਿਆ ਵੀ ਹਾਂ ਕਿਹੜੀ ਬਾਰੀ ਆ ਇੱਧਰ। ਬਹੁਤ ਜ਼ਿਆਦਾ ਵਧਣ ਲੱਗ ਗਈ, ਹੁਣ ਤਾਂ ਡੇਲੀ ਨਵਾਉਣਾ ਪਿਆ ਕਰੂਗਾ। ਬਾਬੇ ਖਾਲ ਚ ਬਹੁਤ ਵੱਡਾ ਵੱਡਾ ਖੱਬਲ ਆ, ਸਾਰਾ ਖੱਬਲ ਘੜ ਕੇ ਪਾਣੀ ਛੱਡਣਗੇ ਇਹਦੇ ਚ। ਚਲੋ ਵੀ ਹੋ ਜਾਓ ਸ਼ੁਰੂ ਛੇਤੀ ਦੀ ਚਾਹ ਪੀ ਕੇ। ਬਾਬੇ ਸਾਡੇ ਯਾਰ ਬਿੱਲੀ ਇੱਥੇ ਆਏ ਸੀਗੇ, ਅਸੀਂ ਫੜ ਲਏ ਨਾ, ਯੂਨੀਵਰਸਿਟੀ ਕੁੜੀਆਂ ਛੇੜਦੇ ਫਿਰਦੇ ਸੀਗੇ, ਉਹਨਾਂ ਛੇੜਦੇ ਛੇੜਦੇ ਉੱਥੋਂ ਭੱਜੇ ਸਾਥੋਂ, ਇੱਥੇ ਆ ਕੇ ਘੇਰ ਲਏ ਸੀ ਲੀਲਾ ਭਾਉਣ, ਉਹਨਾਂ ਨੇ ਛਿੱਤਰ ਪਰੇਡ ਕਰਾਂਗੇ ਆਨਲਾਈਨ। ਠੀਕ ਹੈ ਦੇਖੇ ਸਾਰੇ ਕਰਦੇ ਨੇ ਬਾਈ। ਬਾਬੇ ਉਹ ਸੁਰਮੇ ਦਾ ਭਰਿਆ ਟਰੱਕ ਪਲਟ ਗਿਆ ਇੱਥੇ, ਹੁਣ ਆਪਣੀ ਕਲਾਸ ਸਟਾਰਟ ਹੈ, ਸਾਰੇ ਯਾਰ ਬਿੱਲੀ ਆ ਚੁੱਕੇ ਨੇ, ਕੁੜੀਆਂ ਵੀ ਪਹੁੰਚ ਗਈਆਂ। ਠੀਕ ਹੈ ਨਾ, ਹੁਣ ਮੈਂ ਇਹਨਾਂ ਨੂੰ ਥੋੜੀ ਮੋਟੀ ਇੰਗਲਿਸ਼ ਸਿਖਾਉ ਸਾਰਿਆਂ ਨੂੰ। ਠੀਕ ਹੈ, ਉੱਪਰੋਂ ਇੰਨੀ ਗਰਮੀ ਹੈ, ਠੀਕ ਹੈ, ਉੱਪਰੋਂ ਪਹਿਲਾਂ ਤਾਂ ਕੋਟਾ ਹੀ ਨਹੀਂ ਵੱਜ ਰਿਹਾ ਬਾਈ, ਪਿੱਤ ਹੋ ਜੇ। ਤੂੰ ਨਾ ਪੜਾ ਤਿਤਲਾ ਕਾ ਪਰੀਆਂ ਡੋਬਤੀਆਂ, ਤੂੰ ਦਹਲਾ ਰੱਖ ਬਾਰੇ ਬਾਸੀ ਕੱਢਣ ਗਿਆ ਸੀ, ਬਾਰੇ ਬਾਸੀ ਕੱਢਣ ਗਿਆ ਸੀ ਜਿਹੜਾ ਕੈਨੇਡਾ ਦਾ ਉਹਨੂੰ ਚੱਕੀ, ਫਿਰ ਜਿਹੜਾ ਕੈਨੇਡਾ ਤੋਂ ਉਹਨੂੰ ਚੱਕੀ, ਹੋਰ ਨਾ ਕਿਸੇ ਛੇੜੀ, ਜਿਹੜਾ ਕੈਨੇਡਾ ਵਾਲਾ ਦਾ ਬਾਪ ਉਹਨੂੰ ਵੀ ਚੱਕੂਗਾ, ਕੈਨੇਡਾ ਵਾਲੇ ਦਾ ਹੋਰ ਕਿਸੇ ਨੂੰ ਨੀ ਛੇੜਦਾ। ਪਾਨੇ ਬਾਈ ਯਾਰ ਮੈਂ ਕਮਾਲ ਮੰਨ ਗਿਆ ਬਈ, ਤਾਂ ਪਹਿਲੀ ਕਿਵੇਂ ਘੁੱਟ ਲਈ ਯਾਰ, ਚੰਗਾ ਕੰਮ ਇੱਥੋਂ ਵੀ ਹੁੰਦਾ ਹੀ ਨਾ, ਕਦੇ ਹੋਵੇ ਬਸ ਆਹੀ ਕੰਮ ਜੁਗਰ। ਪਾਨੇ ਮੈਂ ਇੰਨੀ ਹਾਰਡ ਕਿਵੇਂ ਆ, ਤੂੰ ਇੰਨੀ ਕੁੱਟਣ ਸ਼ਕਤੀ ਕਿੱਥੋਂ ਲੈ ਕੇ ਆਇਆ ਬਾਈ ਯਾਰ? ਪਾਈ ਕੁੜੀਆਂ ਤਾਂ ਹੁੰਦੀ ਨੀ ਇੰਨੀ ਕੁੱਟਣ ਸ਼ਕਤੀ, ਤੇਰੇ ਚ ਇੰਨੀ ਕੁੱਟਣ ਸ਼ਕਤੀ ਕਿਵੇਂ ਆ? ਭੁੱਕੀ ਖਾਊਂਗਾ ਅੱਜ ਆਪਾਂ ਕਰਾਂਗੇ। ਓਏ ਆਪਣੇ ਓਏ ਆਪਣੇ ਭੈਣ ਚੋਦਾ ਭੁਚਾਲ ਆ ਗਿਆ, ਉੱਠ ਪਾ ਭੁਚਾਲ ਆ ਗਿਆ, ਸੁਣ ਲੱਗੇ ਉੱਠ ਪਾ। ਪ੍ਰੋਡਿਊਸਰ ਹੋਏ ਜੇ ਤੈਨੂੰ ਵਰਲਡ ਦੇ ਪੂਰੇ ਤਕੜੇ ਬੰਦੇ ਨਾਲ ਰਹਿਣ ਤੋਂ ਪੰਜ ਬੰਦਿਆਂ ਨੂੰ ਆਫਰ ਦਿੱਤੀ ਜਾਵੇ ਤਾਂ ਕਿਹੜੇ ਕਿਹੜੇ ਰਹੇਗਾ? ਮੋਦੀ ਲਾਲਾ, ਟਰੰਪ ਲਾਲਾ, ਜਿਵੇਂ ਟਰੂਡੋ ਲਾਲਾ, ਇਹਨਾਂ ਨਾਲ ਸਭ ਤੋਂ ਪਾਵਰਫੁਲ ਬੰਦੇ ਨੇ ਕਿਹੜੇ ਨਾਲ ਰਹਿਣਾ ਪਸੰਦ ਕਰੇਗਾ? ਮੈਂ ਕਿਸੇ ਫੁੱਦੂ ਬੰਦੇ ਨਾਲ ਰਹਿਣਾ ਨਹੀਂ ਪਸੰਦ ਕਰਦਾ, ਹੋਰ ਮੈਂ ਡਾਇਮੰਡ ਜੀਰੇ ਨਾਲ ਰਹਿਣਾ ਪਸੰਦ ਕਰੂੰਗਾ, ਚਾਹੇ ਮੈਨੂੰ ਆਪਦੇ ਕੱਛੇ ਧੋਣ ਵਾਸਤੇ ਰੱਖ ਲਏ। ਜੇ ਤੈਨੂੰ ਕੁੜੀਆਂ ਦੇ ਕੱਛੇ ਧੋਣੇ ਪੈਗੇ ਉਹਦੇ ਨਾਲ, ਫਿਰ ਕੁੜੀਆਂ ਦੇ ਕੱਛੇ ਨਹੀਂ ਮਤਲਬ ਕੁੜੀਆਂ, ਕਿਉਂ ਕੁੜੀਆਂ ਦੇ ਮੈਨੂੰ ਧੋਣੇ ਪੈ ਜਾਣੇ, ਮੈਂ ਤਾਂ ਖਾਲੀ ਡਾਇਮੰਡ ਜੀਰੇ ਨਹੀਂ ਧੋ ਸਕਦਾ। ਐਡੇ ਭੈਣ ਦਾ ਘੂ ਕਰਮ ਬੰਦੇ ਨਾਲ ਰਹਿ ਕੇ ਤੂੰ ਕਿਵੇਂ